ਸਾਡੇ ਜਿਹੜੇ ਆਰਮੀ ਚੀਫ ਨੇ ਨੋਰਮਲੀ ਤੁਹਾਨੂੰ ਪਤਾ ਇੰਡੀਆ 'ਚ ਹਮੇਸ਼ਾ ਕਿਹਾ ਜਾਂਦਾ ਜੀ ਫੌਜ ਖਿਲਾਫ਼ ਹੈ, ਫੌਜ ਖਿਲਾਫ਼ ਹੈ, ਇਹ ਨੋਰਮਲਾਈਜੇਸ਼ਨ ਦੇ ਅੱਛੇ ਤਲੁਕਾਤ ਦੇ। ਅੱਜ ਉਹਨਾਂ ਨੇ ਵੀ ਕਿਹਾ ਜਨਾਬ ਕਿ ਜਿਹੜੇ ਕੋਰੀਡੋਰ ਨੇ ਮੁਹੱਬਤ ਵਾਸਤੇ ਅਤੇ ਭਾਈਚਾਰੇ ਵਾਸਤੇ ਹੁੰਦੇ ਨੇ, ਅਤੇ ਜਿਹੜੀ ਬਾੜਾਂ ਹੁੰਦੀਆਂ ਨੇ ਇਹ ਐਸੇ ਲੋਕਾਂ ਨੂੰ ਬਾਹਰ ਰੱਖਣ ਵਾਸਤੇ ਹੁੰਦੀਆਂ ਨੇ ਜਿਹੜੇ ਇੱਕ ਕਿਸਮ ਦਾ ਤਕਰੀਬਕਾਰੀ ਜਾਂ ਕਿਸੇ ਹੋਰ ਮਾਮਲਾ ਜਾਂ ਇਲੀਗਲ ਹੁੰਦਾ। ਅਤੇ ਇਹ ਫਿਰ ਤੁਹਾਡੇ ਨਾਲ ਖਾਸ ਤੌਰ 'ਤੇ ਬੜੀ ਮੁਹੱਬਤ ਕਰਦੇ ਨੇ, ਖਾਨ ਸਾਹਿਬ ਵੀ ਮੁਹੱਬਤ ਕਰਦੇ ਨੇ, ਅਸੀਂ ਲੋਕ ਵੀ ਤੁਹਾਡੇ ਨਾਲ ਮੁਹੱਬਤ ਕਰਦੇ ਨੇ, ਅਤੇ ਇਹ ਜ਼ਰਾ ਥੋੜ੍ਹਾ ਜਿਹਾ ਮੁਹੱਬਤ ਅਤੇ ਭਾਈਚਾਰੇ ਦਾ ਜਿਹੜਾ ਸਬਕ ਹੈ ਉੱਥੇ ਵੀ ਦਿਓ ਨਾ ਥੋੜ੍ਹਾ ਜਿਹਾ। ਵੇਖੋ ਇਹ ਸਬਕ ਤਾਂ ਬਾਬਾ ਨਾਨਕ ਬਹੁਤ ਦੇਰ ਪਹਿਲਾਂ ਦਾ ਦੇ ਗਿਆ। ਮੈਂ ਕੌਣ ਹਾਂ ਸਬਕ ਦੇਣ ਵਾਲਾ? ਮੈਂ ਤਾਂ ਇੱਕ ਉਦਾਹਰਣ ਬਣ ਸਕਦਾ, ਗੁੱਡ ਇਗਜ਼ਾਮਪਲ ਇਜ਼ ਪ੍ਰੋਬਬਲੀ ਦਾ ਬੈਸਟ ਸਰਮਨ ਦੈਟ ਯੂ ਕੈਨ ਪ੍ਰੀਚ। ਜੋ ਕੁਛ ਮੈਂ ਕਿਹਾ ਇਹ ਮੇਰੇ ਬਾਬਾ ਜੀ ਨੇ ਮੈਨੂੰ ਸਿਖਾਇਆ ਹੈ, ਜੋ ਮੈਂ ਸ਼ੇਅਰ ਕਹੇ ਨੇ ਉਹ ਵੀ ਬਾਬਾ ਜੀ। ਬਾਬਾ ਜੀ ਦੀ ਗੁਰਬਾਣੀ ਦੇ ਵਿੱਚ ਤੁਸੀਂ ਮੰਨੋਗੇ ਨਹੀਂ, ਇਨਵਾਇਰਮੈਂਟ ਦੇ ਬਾਰੇ ਲਿਖਿਆ। ਕੀ ਲਿਖਿਆ? ਕਿ ਪਵਨ ਗੁਰੂ ਜਿਹੜੀ ਅਸੀਂ ਸ਼ੇਅਰ ਕਰਦੇ ਹਾਂ ਏਅਰ, ਪਵਨ ਗੁਰੂ ਹੁਣ ਗੁਰੂ ਦਾ ਦਰਜਾ ਦਿੱਤਾ, ਪਵਨ ਗੁਰੂ ਪਾਣੀ ਪਿਤਾ, ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ, ਮਾਤਾ ਧਰਤ ਮਹੱਤ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਬਾਬਾ ਨਾਨਕ ਨੇ। ਔਰ ਇਹ ਕਿਹਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਦੇਖੋ ਤੁਸੀਂ ਕਿੱਡੀ ਵੱਡੀ ਗੱਲ ਹੈ। ਤੁਸੀਂ ਪੰਜ ਵਕਤ ਦੇ ਨਮਾਜ਼ੀ, ਅਸੀਂ ਦੋ ਵਾਰ ਅਰਦਾਸ ਕਰਨੀ, ਲੇਕਿਨ ਅਸੀਂ ਜਦੋਂ ਅਰਦਾਸ ਕਰਨੀ ਅਸੀਂ ਇਹ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਆਪਣੇ ਤੋਂ ਪਹਿਲਾਂ ਤੁਹਾਡਾ ਭਲਾ ਅਸੀਂ ਮੰਗਣਾ। ਹੁਣ ਦੱਸੋ ਜੇ ਐਸਾ ਮਜ਼ਹਬ, ਐਸਾ ਬਾਬਾ ਨਾਨਕ ਨਹੀਂ ਇਹਨਾਂ ਨੂੰ ਮਤੀ ਦੇ ਸਕਦਾ, ਤਾਂ ਫਿਰ ਕੌਣ ਦਊਗਾ ਮਤੀ ਭਾਈ?